ਹੁਣ ਤਾਂ ਆਪਣੇ ਪਤੀ ਦੇ ਪਿੱਛੇ ਬੈਠੀਆਂ ਪਤਨੀਆਂ ਵੀ ਨਹੀਂ ਸੁਰੱਖਿਅਤ। ਆ ਦੇਖੋ ਕਿਵੇਂ ਹਵਾ ਬਣ ਕੇ ਆਏ ਲੁਟੇਰੇ ਸੈਕਿੰਡਾਂ ਦੇ ਵਿੱਚ ਹੀ ਵੱਡੀ ਵਾਰਦਾਤ ਨੂੰ ਅੰਜਾਮ ਦੇ ਗਏ। ਤਸਵੀਰਾਂ ਨੂੰ ਜ਼ਰਾ ਗੌਰ ਨਾਲ ਦੇਖੋ। ਐਕਟਿਵਾ 'ਤੇ ਸਵਾਰ ਪਤੀ ਪਤਨੀ ਨੇ, ਇਹਨਾਂ ਦੇ ਪਿੱਛੇ ਇੱਕ ਬਾਈਕ ਲੱਗਿਆ ਹੋਇਆ ਔਰ ਪਿੱਛੇ ਬੈਠੇ ਲੁਟੇਰੇ ਨੇ ਪਤਨੀ ਦੇ ਗੱਲ ਨੂੰ ਹੱਥ ਪਾਇਆ ਅਤੇ ਸੋਨੇ ਦੀ ਚੇਨ ਝਪਟ ਕੇ ਫਰਾਰ ਹੋ ਗਿਆ। ਔਰ ਇਹਨਾਂ ਦਾ ਪੂਰਾ ਕਾਰਨਾਮਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਇਆ। ਅੱਖ ਝਪਕਦਿਆਂ ਹੀ ਇਸ ਦੇ ਵੱਲੋਂ ਸੋਨੇ ਦੀ ਚੇਨ ਝਪਟੀ ਗਈ ਔਰ ਬਚਾਅ ਸਮੇਂ ਔਰਤ ਦੇ ਹੱਥ ਦੇ ਵਿੱਚ ਚੈਨੀ ਦਾ ਛੋਟਾ ਜਿਹਾ ਹਿੱਸਾ ਰਹਿ ਗਿਆ। ਤਾਂ ਬਾਈਕ ਸਵਾਰਾਂ ਦੇ ਵੱਲੋਂ ਇਹ ਲੁੱਟ ਕੀਤੀ ਗਈ। ਹਰਿਆਣਾ ਦੇ ਰਿਵਾੜੀ ਦੀਆਂ ਇਹ ਤਸਵੀਰਾਂ ਨੇ। ਬਾਈਕ 'ਤੇ ਸਵਾਰ ਹੋ ਕੇ ਇਹ ਲੁਟੇਰੇ ਆਏ ਸੀ ਜਿਨ੍ਹਾਂ ਦੇ ਵੱਲੋਂ ਚੱਲਦੀ ਐਕਟਿਵਾ ਨੂੰ ਨਿਸ਼ਾਨਾ ਬਣਾਇਆ ਗਿਆ। ਦੱਸਦੇ ਕਿ KTM ਬਾਈਕ 'ਤੇ ਚੜ੍ਹ ਕੇ ਇਹਨਾਂ ਲੁਟੇਰਿਆਂ ਨੇ ਐਕਟਿਵਾ ਦੇ ਪਿੱਛੇ ਬੈਠੀ ਮਹਿਲਾ ਦੇ ਗੱਲ ਨੂੰ ਹੱਥ ਪਾਇਆ ਅਤੇ ਪਲਾਂ ਦੇ ਵਿੱਚ ਹੀ ਸੋਨੇ ਦੀ ਚੇਨ ਝਪਟ ਕੇ ਇੱਥੋਂ ਫਰਾਰ ਹੋਏ ਨੇ। ਤਾਂ ਪੂਰਾ ਕਾਰਨਾਮਾ CCTV ਕੈਮਰੇ ਦੇ ਵਿੱਚ ਕੈਦ ਹੋਇਆ। ਮਾਮਲਾ ਪੁਲਿਸ ਦੇ ਕੋਲ ਪਹੁੰਚ ਗਿਆ। ਪੁਲਿਸ ਨੇ ਇਹਨਾਂ ਲੁਟੇਰਿਆਂ ਦੀ ਭਾਲ ਸ਼ੁਰੂ ਕੀਤੀ ਹੈ। ਤਾਂ ਪਤੀ ਦੇ ਪਿੱਛੇ ਇਹ ਮਹਿਲਾ ਬੈਠੀ ਹੋਈ ਸੀ, ਆਪਣੀ ਰਫ਼ਤਾਰ ਦੇ ਨਾਲ ਜਾਂਦੇ ਸੀ, ਤਾਂ ਪਿੱਛੇ ਇਹਨਾਂ ਦੇ ਇੱਕ ਬਾਈਕ ਲੱਗਿਆ। ਲੁਟੇਰੇ ਨੇ ਇੱਕਦਮ ਕੁਝ ਹੀ ਸੈਕਿੰਡਾਂ ਦੇ ਵਿੱਚ ਇਸ ਤੋਂ ਸੋਨੇ ਦੀ ਚੇਨ ਖੋਹ ਲਈ ਔਰ ਮੌਕੇ ਤੋਂ ਫਰਾਰ ਹੋ ਗਏ। ਹੁਣ ਤਾਂ ਆਪਣੇ ਪਤੀ ਦੇ ਪਿੱਛੇ ਬੈਠੀਆਂ ਪਤਨੀਆਂ ਵੀ ਨਹੀਂ ਸੁਰੱਖਿਅਤ। ਆ ਦੇਖੋ ਕਿਵੇਂ ਹਵਾ ਬਣ ਕੇ ਆਏ ਲੁਟੇਰੇ ਸੈਕਿੰਡਾਂ ਦੇ ਵਿੱਚ ਹੀ ਵੱਡੀ ਵਾਰਦਾਤ ਨੂੰ ਅੰਜਾਮ ਦੇ ਗਏ। ਤਸਵੀਰਾਂ ਨੂੰ ਜ਼ਰਾ ਗੌਰ ਨਾਲ ਦੇਖੋ। ਐਕਟਿਵਾ 'ਤੇ ਸਵਾਰ ਪਤੀ ਪਤਨੀ ਨੇ, ਇਹਨਾਂ ਦੇ ਪਿੱਛੇ ਇੱਕ ਬਾਈਕ ਲੱਗਿਆ ਹੋਇਆ ਔਰ ਪਿੱਛੇ ਬੈਠੇ ਲੁਟੇਰੇ ਨੇ ਪਤਨੀ ਦੇ ਗੱਲ ਨੂੰ ਹੱਥ ਪਾਇਆ ਅਤੇ ਸੋਨੇ ਦੀ ਚੇਨ ਝਪਟ ਕੇ ਫਰਾਰ ਹੋ ਗਿਆ। ਔਰ ਇਹਨਾਂ ਦਾ ਪੂਰਾ ਕਾਰਨਾਮਾ CCTV ਕੈਮਰੇ ਦੇ ਵਿੱਚ ਕੈਦ ਹੋਇਆ। ਅੱਖ ਝਪਕਦਿਆਂ ਹੀ ਇਸ ਦੇ ਵੱਲੋਂ ਸੋਨੇ ਦੀ ਚੇਨ ਝਪਟੀ ਗਈ ਔਰ ਬਚਾਅ ਸਮੇਂ ਔਰਤ ਦੇ ਹੱਥ ਦੇ ਵਿੱਚ ਚੈਨੀ ਦਾ ਛੋਟਾ ਜਿਹਾ ਹਿੱਸਾ ਰਹਿ ਗਿਆ। ਤਾਂ ਬਾਈਕ ਸਵਾਰਾਂ ਦੇ ਵੱਲੋਂ ਇਹ ਲੁੱਟ ਕੀਤੀ ਗਈ। ਹਰਿਆਣਾ ਦੇ ਰਿਵਾੜੀ ਦੀਆਂ ਇਹ ਤਸਵੀਰਾਂ ਨੇ। ਬਾਈਕ 'ਤੇ ਸਵਾਰ ਹੋ ਕੇ ਇਹ ਲੁਟੇਰੇ ਆਏ ਸੀ ਜਿਨ੍ਹਾਂ ਦੇ ਵੱਲੋਂ ਚੱਲਦੀ ਐਕਟਿਵਾ ਨੂੰ ਨਿਸ਼ਾਨਾ ਬਣਾਇਆ ਗਿਆ। ਦੱਸਦੇ ਕਿ KTM ਬਾਈਕ 'ਤੇ ਚੜ੍ਹ ਕੇ ਇਹਨਾਂ ਲੁਟੇਰਿਆਂ ਨੇ ਐਕਟਿਵਾ ਦੇ ਪਿੱਛੇ ਬੈਠੀ ਮਹਿਲਾ ਦੇ ਗੱਲ ਨੂੰ ਹੱਥ ਪਾਇਆ ਅਤੇ ਪਲਾਂ ਦੇ ਵਿੱਚ ਹੀ ਸੋਨੇ ਦੀ ਚੇਨ ਝਪਟ ਕੇ ਇੱਥੋਂ ਫਰਾਰ ਹੋਏ ਨੇ। ਤਾਂ ਪੂਰਾ ਕਾਰਨਾਮਾ CCTV ਕੈਮਰੇ ਦੇ ਵਿੱਚ ਕੈਦ ਹੋਇਆ। ਮਾਮਲਾ ਪੁਲਿਸ ਦੇ ਕੋਲ ਪਹੁੰਚ ਗਿਆ। ਪੁਲਿਸ ਨੇ ਇਹਨਾਂ ਲੁਟੇਰਿਆਂ ਦੀ ਭਾਲ ਸ਼ੁਰੂ ਕੀਤੀ ਹੈ। ਤਾਂ ਪਤੀ ਦੇ ਪਿੱਛੇ ਇਹ ਮਹਿਲਾ ਬੈਠੀ ਹੋਈ ਸੀ, ਆਪਣੀ ਰਫ਼ਤਾਰ ਦੇ ਨਾਲ ਜਾਂਦੇ ਸੀ, ਤਾਂ ਪਿੱਛੇ ਇਹਨਾਂ ਦੇ ਇੱਕ ਬਾਈਕ ਲੱਗਿਆ। ਲੁਟੇਰੇ ਨੇ ਇੱਕਦਮ ਕੁਝ ਹੀ ਸੈਕਿੰਡਾਂ ਦੇ ਵਿੱਚ ਇਸ ਤੋਂ ਸੋਨੇ ਦੀ ਚੇਨ ਖੋਹ ਲਈ ਔਰ ਮੌਕੇ ਤੋਂ ਫਰਾਰ ਹੋ ਗਏ। ਹੁਣ ਤਾਂ ਆਪਣੇ ਪਤੀ ਦੇ ਪਿੱਛੇ ਬੈਠੀਆਂ ਪਤਨੀਆਂ ਵੀ ਨਹੀਂ ਸੁਰੱਖਿਅਤ। ਆ ਦੇਖੋ ਕਿਵੇਂ ਹਵਾ ਬਣ ਕੇ ਆਏ ਲੁਟੇਰੇ ਸੈਕਿੰਡਾਂ ਦੇ ਵਿੱਚ ਹੀ ਵੱਡੀ ਵਾਰਦਾਤ ਨੂੰ ਅੰਜਾਮ ਦੇ ਗਏ। ਤਸਵੀਰਾਂ ਨੂੰ ਜ਼ਰਾ ਗੌਰ ਨਾਲ ਦੇਖੋ। ਐਕਟਿਵਾ 'ਤੇ ਸਵਾਰ ਪਤੀ ਪਤਨੀ ਨੇ, ਇਹਨਾਂ ਦੇ ਪਿੱਛੇ ਇੱਕ ਬਾਈਕ ਲੱਗਿਆ ਹੋਇਆ ਔਰ ਪਿੱਛੇ ਬੈਠੇ ਲੁਟੇਰੇ ਨੇ ਪਤਨੀ ਦੇ ਗੱਲ ਨੂੰ ਹੱਥ ਪਾਇਆ ਅਤੇ ਸੋਨੇ ਦੀ ਚੇਨ ਝਪਟ ਕੇ ਫਰਾਰ ਹੋ ਗਿਆ। ਔਰ ਇਹਨਾਂ ਦਾ ਪੂਰਾ ਕਾਰਨਾਮਾ CCTV ਕੈਮਰੇ ਦੇ ਵਿੱਚ ਕੈਦ ਹੋਇਆ। ਅੱਖ ਝਪਕਦਿਆਂ ਹੀ ਇਸ ਦੇ ਵੱਲੋਂ ਸੋਨੇ ਦੀ ਚੇਨ ਝਪਟੀ ਗਈ ਔਰ ਬਚਾਅ ਸਮੇਂ ਔਰਤ ਦੇ ਹੱਥ ਦੇ ਵਿੱਚ ਚੈਨੀ ਦਾ ਛੋਟਾ ਜਿਹਾ ਹਿੱਸਾ ਰਹਿ ਗਿਆ। ਤਾਂ ਬਾਈਕ ਸਵਾਰਾਂ ਦੇ ਵੱਲੋਂ ਇਹ ਲੁੱਟ ਕੀਤੀ ਗਈ। ਹਰਿਆਣਾ ਦੇ ਰਿਵਾੜੀ ਦੀਆਂ ਇਹ ਤਸਵੀਰਾਂ ਨੇ। ਬਾਈਕ 'ਤੇ ਸਵਾਰ ਹੋ ਕੇ ਇਹ ਲੁਟੇਰੇ ਆਏ ਸੀ ਜਿਨ੍ਹਾਂ ਦੇ ਵੱਲੋਂ ਚੱਲਦੀ ਐਕਟਿਵਾ ਨੂੰ ਨਿਸ਼ਾਨਾ ਬਣਾਇਆ ਗਿਆ। ਦੱਸਦੇ ਕਿ KTM ਬਾਈਕ 'ਤੇ ਚੜ੍ਹ ਕੇ ਇਹਨਾਂ ਲੁਟੇਰਿਆਂ ਨੇ
ਐਕਟਿਵਾ ਦੇ ਪਿੱਛੇ ਬੈਠੀ ਮਹਿਲਾ ਦੇ ਗਲ ਨੂੰ ਹੱਥ ਪਾਇਆ ਤੇ ਪਲਾਂ ਦੇ ਵਿੱਚ ਹੀ ਸੋਨੇ ਦੀ ਚੇਨ ਝਪਟ ਕੇ ਇੱਥੋਂ ਫਰਾਰ ਹੋਏ ਨੇ। ਤਾਂ ਪੂਰਾ ਕਾਰਨਾਮਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਇਆ। ਮਾਮਲਾ ਪੁਲਿਸ ਦੇ ਕੋਲ ਪਹੁੰਚ ਗਿਆ। ਪੁਲਿਸ ਨੇ ਇਹਨਾਂ ਲੁਟੇਰਿਆਂ ਦੀ ਭਾਲ ਸ਼ੁਰੂ ਕੀਤੀ ਹੈ। ਤਾਂ ਪਤੀ ਦੇ ਪਿੱਛੇ ਇਹ ਮਹਿਲਾ ਬੈਠੀ ਹੋਈ ਸੀ, ਆਪਣੀ ਰਫਤਾਰ ਦੇ ਨਾਲ ਜਾਂਦੇ ਸੀ, ਤਾਂ ਪਿੱਛੇ ਇਹਨਾਂ ਦੇ ਇੱਕ ਬਾਈਕ ਲੱਗਿਆ। ਲੁਟੇਰੇ ਨੇ ਇੱਕਦਮ ਕੁਝ ਹੀ ਸੈਕਿੰਡਾਂ ਦੇ ਵਿੱਚ ਇਸ ਤੋਂ ਸੋਨੇ ਦੀ ਚੇਨ ਖੋਹ ਲਈ ਔਰ ਮੌਕੇ ਤੋਂ ਫਰਾਰ ਹੋ ਗਏ।